ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਦਾਸ ਦਾ US ਟ੍ਰਿਪ ਮਹਾਂਪੁਰਸ਼ ਬਾਬਾ ਇਕਬਾਲ ਸਿੰਘ ਜੀ ਨੇ ਬਣਾਇਆ ਹੈ, ਇਸ ਦਾ ਅਸੀਂ 2-3 ਸਾਲ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਬਾਬਾ ਜੀ ਆਪ ਹੀ ਇੱਥੇ USA ਆਉਣ ਅਤੇ ਸੰਗਤਾਂ ਨੂੰ ਦਰਸ਼ਨ ਦੇਣ, ਅਤੇ ਜੋ ਜੋ ਹੁਣ ਤੱਕ ਦੀਆਂ ਉਪਲਬਧੀਆਂ ਹੋਈਆਂ ਟਰੱਸਟ ਦੀਆਂ ਉਹ ਸੰਗਤਾਂ ਨੂੰ ਜਾਗਰੂਕ ਕਰਾਉਣ, ਅਤੇ ਨਾਲ ਹੀ ਜੋ ਅਸੀਂ ਇਸ ਟਾਈਮ ਚੈਲੇਂਜਸ ਫੇਸ ਕਰ ਰਹੇ ਹਾਂ ਉਹਨਾਂ ਬਾਰੇ ਵੀ ਸੰਗਤਾਂ ਨੂੰ ਦੱਸਿਆ ਜਾਏ। ਪਰ ਕਿਉਂਕਿ ਡਿਸਟੈਂਸ ਹਿੰਦੁਸਤਾਨ ਤੋਂ USA ਦਾ ਕਾਫੀ ਜ਼ਿਆਦਾ ਹੈ ਔਰ ਫਲਾਈਟ ਬਹੁਤ ਲੰਬੀ ਹੈ, ਅਤੇ ਬਾਬਾ ਜੀ ਦੀ ਉਮਰ ਹੁਣ 96 ਸਾਲ ਹੋ ਗਈ ਹੈ, ਅਤੇ ਫਿਰ ਮਹਾਂਪੁਰਸ਼ਾਂ ਨੇ ਇਹ ਆਦੇਸ਼ ਦਿੱਤਾ ਕਿ ਦਾਸ ਹੀ ਇੱਥੇ ਆਏ ਅਤੇ ਜਦ ਤੱਕ ਬਾਬਾ ਜੀ ਇੱਥੇ ਆਪ ਆਉਣ ਉਸ ਤੋਂ ਪਹਿਲਾਂ ਆ ਕੇ ਸੰਗਤਾਂ ਨੂੰ ਜਾਗਰੂਕ ਕਰਾ ਦੇਵੇ ਕਿ ਕੀ ਸਾਡੇ ਉਪਲਬਧੀਆਂ ਹਨ ਅਤੇ ਕੀ ਅਸੀਂ ਚੈਲੇਂਜਸ ਹੁਣ ਫੇਸ ਕਰ ਰਹੇ ਹਾਂ। ਸੋ ਇਹ ਪਲੈਨ ਕਰਕੇ ਦਾਸ 5 ਦਸੰਬਰ ਨੂੰ ਸੀਐਟਲ ਵਿਖੇ ਪਹੁੰਚਿਆ, ਅਤੇ ਸਾਡਾ ਜੋ ਪਹਿਲਾ ਪੜਾਅ ਸੀ ਸੀਐਟਲ ਵਿੱਚ ਬਹੁਤ ਹੀ ਇਨਕਰੇਜਿੰਗ ਸੀ। ਉੱਥੇ ਅਸੀਂ ਡਾਕਟਰ ਸਰਬਜੀਤ ਸਿੰਘ ਵਿਰਕ ਦੇ ਘਰ ਠਹਿਰੇ ਔਰ ਉਹਨਾਂ ਨੇ ਉੱਥੇ ਇੱਕ ਸੈਮੀਨਾਰ ਦਾ ਜੋ ਇੰਤਜ਼ਾਮ ਕੀਤਾ ਸੀਗਾ, ਬਹੁਤ ਸੰਗਤ ਉੱਥੇ ਆਈ। ਅਗਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਵੀ ਪ੍ਰੋਗਰਾਮ ਹੋਇਆ, ਅਤੇ ਪਹਿਲੇ ਸਾਡੇ ਫਸਟ ਜੋ ਸਾਡਾ ਐਕਸਪੀਰੀਅੰਸ ਸੀ ਉਹੀ ਬਹੁਤ ਇਨਕਰੇਜਿੰਗ ਸੀ ਸਾਡਾ। ਅਸੀਂ ਉੱਥੇ ਉਸ ਟਾਈਮ 'ਤੇ ਇਹ ਡਿਸਾਈਡ ਕਰ ਲਿਆ ਕਿ ਇਹ ਟ੍ਰਿਪ ਅਸੀਂ ਬੇਸਿਕਲੀ ਐਨਗੇਜ ਕਰਾਂਗੇ ਸੰਗਤ ਨੂੰ ਐਪਰਾਈਜ਼ ਕਰਨ ਵਾਸਤੇ ਕਿ ਅਸੀਂ ਪਿਛਲੇ 10-12 ਸਾਲਾਂ ਵਿੱਚ 129 ਅਕਾਲ ਅਕੈਡਮੀਜ਼ ਹੁਣ ਬਣਾਈਆਂ ਹਨ, ਅਤੇ ਨਾਲ ਹੀ 2 ਯੂਨੀਵਰਸਿਟੀਆਂ ਵੀ ਬਣ ਗਈਆਂ ਹਨ। ਇਹ ਸਾਰਾ ਬਣਾਉਣ ਵਾਸਤੇ ਸਾਨੂੰ ਤਕਰੀਬਨ 110 ਕਰੋੜ ਰੁਪਇਆ ਲੋਨ ਲਿਆ ਸੀ, ਜਿਸ 'ਚੋਂ ਅੱਧਾ ਲੋਨ ਉਤਰ ਚੁੱਕਿਆ ਹੈ ਅਤੇ ਅੱਧਾ ਬਾਕੀ ਹੈ। ਅਤੇ ਜਦ ਦਾਸ ਨੇ ਇਹ ਹਾਈਲਾਈਟ ਕੀਤਾ ਉੱਥੇ ਕਿ ਬਈ ਅਸੀਂ 50 ਕਰੋੜ ਦਾ ਜੋ ਲੋਨ ਹੈ 9.5% 'ਤੇ ਸਰਵਿਸ ਕਰ ਰਹੇ ਹਾਂ, $1 ਮਿਲੀਅਨ ਸਾਨੂੰ ਹਰ ਸਾਲ ਇੰਟਰਸਟ ਪੇ ਕਰਨਾ ਪੈਂਦਾ ਹੈ, ਅਤੇ ਸੰਗਤਾਂ ਨੇ ਵਾਕਈ ਹੀ ਇਸ ਵਾਸਤੇ ਬਹੁਤ ਕੰਸਰਨ ਸ਼ੋਅ ਕੀਤਾ। ਅਤੇ ਜੋ ਸਾਨੂੰ ਉੱਥੇ ਇਨਕਰੇਜਮੈਂਟ ਮਿਲੀ ਉਸ ਨਾਲ ਅਸੀਂ ਇਸ ਗੱਲ ਤੋਂ ਉਤਸ਼ਾਹਿਤ ਹੋ ਗਏ ਅਤੇ ਅਸੀਂ ਇਹ ਐਲਾਨ ਕਰ ਦਿੱਤਾ ਕਿ ਅਸੀਂ 2019-20 ਵਿੱਚ ਜਿੰਨਾ ਵੀ ਇਹ ਲੋਨ ਹੈ ਅਸੀਂ ਸੰਗਤਾਂ ਨੂੰ ਬੇਨਤੀ ਕਰੀਏ, USA ਦੀ ਹੀ ਨਹੀਂ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ ਔਰ ਸਾਰੇ ਭਾਰਤ ਵਸੀ ਸੰਗਤਾਂ ਨੂੰ ਕਿ ਇਹ ਜੋ $7.2 ਮਿਲੀਅਨ ਲੋਨ ਜੋ ਸਾਡੇ 'ਤੇ ਬਚਿਆ ਹੋਇਆ ਹੈ ਤਕਰੀਬਨ 51-52 ਕਰੋੜ ਦਾ, ਇਹ ਜੇ ਅਸੀਂ ਉਤਾਰ ਦਈਏ ਅਤੇ ਜੋ ਸਾਨੂੰ ਇਸ 'ਤੇ ਇੰਟਰਸਟ ਪੇ ਕਰਨਾ ਪੈਂਦਾ ਹਰ ਸਾਲ $1 ਮਿਲੀਅਨ ਦਾ, 7 ਕਰੋੜ ਰੁਪਏ ਦਾ, ਅਸੀਂ ਇਸ ਤੋਂ ਬਚ ਜਾਵਾਂਗੇ ਅਤੇ ਸਾਡਾ ਇਹ ਜੋ ਪੈਸਾ ਬਚੇਗਾ ਇਹ ਸਾਡੀ ਜੋ ਸਕੂਲਾਂ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਣਾ ਹੈ ਉਸ ਵਿੱਚ ਸਾਨੂੰ ਇਹ ਬਹੁਤ ਇਸ ਟਾਈਮ ਜੋ ਐਕਿਊਟ ਨੀਡ ਪੈ ਰਹੀ ਹੈ, ਅਸੀਂ ਸਰਵਿਸ ਕਰਨ ਤੋਂ ਲੋਨ ਨੂੰ ਬਹੁਤ ਡਿਫੀਕਲਟੀ ਮਹਿਸੂਸ ਕਰ ਰਹੇ ਹਾਂ, ਸਾਨੂੰ ਉਸ ਵਿੱਚ ਮਦਦ ਮਿਲੇਗੀ। ਸੋ ਉਸ ਤੋਂ ਬਾਅਦ ਅਸੀਂ ਫਿਰ ਸੀਐਟਲ ਤੋਂ ਬਾਅਦ ਅਸੀਂ ਕੈਲੀਫੋਰਨੀਆ ਗਏ, ਉੱਥੇ ਅਸੀਂ ਯੂਬਾ ਸਿਟੀ, ਟ੍ਰੇਸੀ, ਅਮਰਜੀਤ ਵੀਰ ਜੀ ਕੋਲ, ਅਤੇ ਸਾਡਾ ਜੋ ਸਭ ਤੋਂ ਇਫੈਕਟਿਵ ਜੋ ਸਾਡਾ ਸ਼ੁਰੂਆਤ ਹੋਈ ਸੀ ਸੀਐਟਲ ਦੀ, ਉਸ 'ਤੇ ਜਦ ਅਸੀਂ ਪ੍ਰੈਜ਼ੈਂਟਨ ਪਹੁੰਚੇ ਔਰ ਉੱਥੇ ਸਰਦਾਰ ਕੁਲਵਿੰਦਰ ਸਿੰਘ ਜੀ ਨੂੰ ਜਦ ਅਸੀਂ ਆਪਣਾ ਇਹ ਸਮੱਸਿਆ ਸਮਝਾਈ ਅਤੇ ਨਾਲ ਹੀ ਅਸੀਂ ਜਦ ਉਹਨਾਂ ਨੂੰ ਇਹ ਦੱਸਿਆ ਕਿ ਸਾਡੇ ਜਿਹੜੇ ਬੇਸਿਕ ਜੋ ਸਾਡੇ ਕਲਾਇੰਟਸ ਹਨ, ਜੋ ਸਾਡੇ ਜੋ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਹਨ, ਉਹਨਾਂ ਦੇ ਮਾਪੇ ਸਾਰੇ ਕਿਸਾਨ ਹਨ, ਅਤੇ ਫਾਰਮਰਸ ਵਾਸਤੇ ਡਿਪੈਂਡੈਂਸ ਕੰਪਲੀਟਲੀ ਐਗਰੀਕਲਚਰ 'ਤੇ ਹੈ ਔਰ ਐਗਰੀਕਲਚਰ ਇਨਸ਼ੋਰਡ ਨਹੀਂ ਹੈ, ਇਸ ਵਾਸਤੇ ਅਸੀਂ ਡਿਪੈਂਡੈਂਟ ਹੋ ਜਾਂਦੇ ਹਾਂ ਉਨ ਫਾਰਮਰਸ ਤੋਂ ਫੀਸ ਲੈਣ ਵਾਸਤੇ ਜਿਨ੍ਹਾਂ ਦਾ ਐਗਰੀਕਲਚਰ ਇਨਸ਼ੋਰਡ ਨਹੀਂ ਹੈ। ਜ਼ਰਾ ਜੀ ਕੋਈ ਤਕਲੀਫ ਆਉਂਦੀ ਹੈ, ਬਾੜ ਆਉਂਦਾ ਤਾਂ ਸਾਨੂੰ ਫੀਸ ਨਹੀਂ ਆ ਪਾਉਂਦੀ। ਇਹ ਸੁਣ ਕੇ ਭਾਈ ਕੁਲਵਿੰਦਰ ਸਿੰਘ ਜੀ ਬਹੁਤ ਹੀ ਭਾਵੁਕ ਹੋ ਗਏ ਔਰ ਉਹਨਾਂ ਨੇ ਰੀਅਲਾਈਜ਼ ਕਰ ਲਿਆ ਕਿ ਬਈ ਇਹ ਤਾਂ ਸਾਡੀ ਜਿਹੜੀ ਪ੍ਰੀਮੀਅਮ ਇਸ ਟਾਈਮ ਇੰਸਟੀਟਿਊਸ਼ਨ ਜੋ ਲੱਗੀ ਹੋਈ ਹੈ ਸਕੂਲ ਐਜੂਕੇਸ਼ਨ ਵਿੱਚ ਇਨਵੋਲਵਡ ਹੈ, ਉਸਨੂੰ ਇਤਨੀ ਇਨਸਿਕਿਉਰਿਟੀ ਹੈ। ਅਤੇ ਉਹਨਾਂ ਨੇ ਭਾਵੁਕ ਹੋ ਕੇ ਇਹ ਕਿਹਾ ਕਿ ਬਈ ਇਹ ਅਸੀਂ ਇਸ ਵਿੱਚ ਜ਼ਰੂਰ ਕੰਟਰੀਬਿਊਟ ਕਰਾਂਗੇ। ਅਤੇ ਜਦ ਜਿਉਂ ਹੀ ਅਸੀਂ ਉੱਥੋਂ ਉੱਠ ਕੇ ਬਾਹਰ ਜਾ ਰਹੇ ਸੀ ਤਾਂ ਉਹਨਾਂ ਨੇ ਕਿਹਾ ਬਈ ਅਸੀਂ ਵੈਸੇ ਤਾਂ ਅਸੀਂ ਆਪਣਾ ਇੱਕ ਪਿੰਡ ਵਿੱਚ ਹਸਪਤਾਲ ਚਲਾ ਰਹੇ ਹਾਂ ਅੱਖਾਂ ਦਾ, ਅਤੇ ਮੈਂ $1 ਲੱਖ ਉਸ ਵਾਸਤੇ ਰੱਖੇ ਸੀ ਉਸਦੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ, ਪਰ ਤੁਹਾਡੀ ਨੀਡ ਜ਼ਿਆਦਾ ਹੈ ਮੇਰੇ ਉਸ ਪ੍ਰੋਜੈਕਟ ਤੋਂ, ਮੈਂ ਇਸ ਸਾਲ ਤੁਹਾਨੂੰ $1 ਲੱਖ ਕਮਿਟ ਕਰਦਾ ਅਤੇ ਅੱਗੋਂ ਤੋਂ ਅਸੀਂ ਜਿੱਦਾਂ ਵੀ ਮੈਨੇਜ ਕਰ ਲਵਾਂਗੇ ਅਤੇ ਆਪਣਾ ਜੋ ਹਸਪਤਾਲ ਹੈ ਉਹ ਅਗਲੇ ਸਾਲ ਬਣਾ ਲਵਾਂਗੇ।
ਇਹ ਦੇਖ ਕੇ ਸਾਨੂੰ ਬਹੁਤ ਹੀ ਇਨਕਰੇਜਮੈਂਟ ਹੋਈ ਕਿ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਸੰਗਤ ਇਸ ਸਾਡੇ ਬੇਸਿਕ ਜੋ ਅਸੀਂ ਪ੍ਰੋਬਲਮ ਫੇਸ ਕਰ ਰਹੇ ਹਾਂ, ਜੋ ਅਸੀਂ ਚੈਲੰਜ ਫੇਸ ਕਰ ਰਹੇ ਹਾਂ, ਇਸ ਵਿੱਚ ਸੰਗਤ ਪੂਰੀ ਤਰ੍ਹਾਂ ਇਨਵੋਲਵ ਹੋ ਗਈ ਹੈ। ਸੋ ਸਤਸੰਗਤ ਜੀ, ਅਸੀਂ ਉਸ ਤੋਂ ਬਾਅਦ ਫਿਰ ਮਿਡਵੈਸਟ ਵਿੱਚ ਆ ਗਏ, ਡੈਲਸ ਆਏ, ਹਿਊਸਟਨ ਆਏ। ਹਿਊਸਟਨ ਉੱਥੇ ਸਾਡੇ ਵੀਰ ਜੀ ਨੇ, ਰਾਜ ਸਿੰਘ ਜੀ ਨੇ ਬਹੁਤ ਹੀ ਸਾਨੂੰ ਪ੍ਰੇਮ ਨਾਲ ਉੱਥੇ ਰਿਸੀਵ ਕੀਤਾ ਅਤੇ ਉਹਨਾਂ ਨੇ ਉੱਥੇ ਇੱਕ ਸਪੈਸ਼ਲ ਮੁੱਦਾ ਜੋ ਜਸ ਪੰਜਾਬੀ ਔਰਗਨਾਈਜ਼ ਕਰਦੀ ਆ, ਉਸਦਾ ਪ੍ਰੋਗਰਾਮ ਵੀ ਕਰਵਾਇਆ। ਸਾਰੇ 94 ਜਿੰਨੇ ਵੀ ਸਿੱਖ ਸੀਗੇ ਹਿਊਸਟਨ ਦੇ ਉੱਥੇ ਆਏ, ਉਹਨਾਂ ਨਾਲ ਵੀ ਅਸੀਂ ਆਪਣੀ ਪ੍ਰੋਬਲਮ ਸ਼ੇਅਰ ਕੀਤੀ ਅਤੇ ਉੱਥੇ ਵੀ ਸਾਡੀ ਸਬਸਟੈਂਸ਼ੀਅਲ ਕਲੈਕਸ਼ਨ ਹੋ ਗਈ। ਕਲੈਕਸ਼ਨ ਤੋਂ ਇਲਾਵਾ ਸਾਨੂੰ ਇਸ ਗੱਲ 'ਤੇ ਬੜੀ ਇਨਕਰੇਜਮੈਂਟ ਹੋਈ ਕਿ ਬਹੁਤ ਹੀ ਲੋਕਾਂ ਨੇ ਇਸ ਨੂੰ, ਸਾਡੀ ਸਮੱਸਿਆ ਨੂੰ ਐਕਸੈਪਟ ਕਰ ਲਿਆ, ਰਿਸੀਵ ਕਰ ਲਿਆ ਔਰ ਉਤਸ਼ਾਹਿਤ ਹਨ। ਉਹ ਇਸ ਚੀਜ਼ ਨੂੰ ਪਰਸੀਵ ਕਰ ਰਹੇ ਹਨ ਕਿ ਜਿਹੜੀ ਇਹ ਸਮੱਸਿਆ ਹੈ, ਇਹ ਕਲਗੀਧਰ ਟਰੱਸਟ ਦੀ ਸਮੱਸਿਆ ਨਹੀਂ ਹੈ, ਪਰ ਇਹ ਸਾਰੇ ਸਮੁੱਚੇ ਪੰਥ ਦੀ ਸਮੱਸਿਆ ਹੈ ਅਤੇ ਇਸਨੂੰ ਸਾਰੇ ਵੱਧ ਚੜ੍ਹ ਕੇ ਹਿੱਸਾ ਪਾਈਏ ਅਤੇ ਇਸ ਨੂੰ ਅਸੀਂ ਹੈਂਡਲ ਕਰੀਏ। ਫਿਰ ਉਸ ਤੋਂ ਬਾਅਦ ਅਸੀਂ ਜਦ ਅਸੀਂ ਡੈਲਸ ਆਏ ਅਤੇ ਉੱਥੇ ਵੀ ਅਸੀਂ ਇੱਕ ਸੈਮੀਨਾਰ ਔਰਗਨਾਈਜ਼ ਕੀਤਾ ਅਤੇ ਉੱਥੇ ਦਾਸ ਦੀ ਮੁਲਾਕਾਤ, ਸਾਡੇ ਪੁਰਾਣੇ ਜੋ ਬਹੁਤ ਹੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਹਨ, ਸਾਡੇ ਸਤਿਕਾਰਯੋਗ ਜੱਸੀ ਮਾਨਵੀਰ ਜੀ, ਉਹਨਾਂ ਦੇ ਘਰ ਦਾਸ ਦਾ ਮੁਲਾਕਾਤ ਹੋਈ ਗੁਰਿੰਦਰ ਸਿੰਘ ਸੂਰੀ ਜੀ ਨਾਲ। ਉਹਨਾਂ ਨੇ ਵੀ ਸਾਨੂੰ ਜੋ ਸਾਡੀ ਪ੍ਰੋਬਲਮ ਸੀ ਉਸਨੂੰ ਬੜੇ ਧਿਆਨ ਨਾਲ ਸੁਣਿਆ ਔਰ ਉਹ ਇਸ ਗੱਲ ਤੋਂ ਉਹਨਾਂ ਨੇ ਇੱਕ ਹੋਰ ਨਵਾਂ ਪ੍ਰਪੋਜ਼ਲ ਪੇਸ਼ ਕੀਤਾ ਕਿ ਬਈ ਅਸੀਂ ਉੱਥੇ 9% 'ਤੇ ਅਸੀਂ ਜੋ ਲੋਨ ਲਿਆ ਹੋਇਆ ਅਤੇ ਜੇ ਇੱਥੋਂ ਸੰਗਤ ਇਕੱਠੀ ਹੋ ਕੇ ਆਪਣੇ ਆਪਣੇ ਥੋੜ੍ਹਾ ਬਹੁਤ ਆਪਣੇ ਕ੍ਰੈਡਿਟ ਲਾਈਨ ਲੈ ਲੈਣ, ਲੋਨ ਲੈ ਲੈਣ ਬੈਂਕਾਂ ਤੋਂ, ਅਤੇ ਸਾਡਾ ਇਹ ਲੋਨ ਉਤਾਰਨ ਸਾਡੀ ਹੈਲਪ ਕਰ ਦੇਣ ਅਤੇ ਸਾਨੂੰ ਬਹੁਤ ਸੌਖਾ ਹੋ ਜਾਏਗਾ। ਅਸੀਂ ਬਹੁਤ ਸਾਰਾ ਅਮਾਊਂਟ ਜੋ ਅਸੀਂ ਇੰਟਰਸਟ ਪੇ ਕਰ ਰਹੇ ਹਾਂ, ਉੱਥੇ 9% 'ਤੇ ਇੰਟਰਸਟ ਹੈ, ਇੱਥੇ 3% 'ਤੇ ਲੋਨ ਮਿਲ ਜਾਂਦਾ ਹੈ, ਅਤੇ ਇਫ ਵੀ ਪੇ ਆਫ ਦ ਲੋਨ ਬਾਏ ਇਨ ਦਿਸ ਮੈਨਰ ਅਤੇ ਅਸੀਂ 6% ਅਮਾਊਂਟ ਸੇਵ ਕਰ ਲਾਂਗੇ, ਵਿਚ ਵਿਲ ਬੀ ਵੈਰੀ ਸਬਸਟੈਂਸ਼ੀਅਲ। 7 ਕਰੋੜ ਦੀ ਬਜਾਏ ਸਾਨੂੰ ਲੋਨ ਕੇਵਲ 2 ਜਾਂ 2.5 ਕਰੋੜ ਦੇਣਾ ਪਏਗਾ, ਅਸੀਂ 5 ਕਰੋੜ ਇਸ ਵਿੱਚ ਸੇਵ ਕਰ ਜਾਵਾਂਗੇ। ਸੋ ਇਹ ਨਵਾਂ ਪ੍ਰਪੋਜ਼ਲ ਲੈ ਕੇ ਅਸੀਂ ਹੋਰ ਸਭ ਜਗ੍ਹਾ ਅੱਗੇ ਸ਼ਹਿਰਾਂ ਵਿੱਚ ਵੀ ਗਏ। ਉਸ ਤੋਂ ਉਪਰੰਤ ਅਸੀਂ ਹਿਊਸਟਨ ਤੋਂ ਬਾਅਦ ਅਸੀਂ ਫਿਰ ਈਸਟ ਕੋਸਟ 'ਤੇ ਆ ਗਏ, ਨਿਊ ਜਰਸੀ, ਫਿਲਡਲਫੀਆ, ਫਿਰ ਨਿਊਯੋਰਕ, ਫਿਰ ਨਿਊ ਜਰਸੀ, ਅਤੇ ਅਸੀਂ ਇੱਥੇ ਵੀ ਗੁਰਦੁਆਰਾ ਸਾਹਿਬਾਂ ਵਿੱਚ ਅਸੀਂ ਸੰਗਤਾਂ ਨੂੰ ਅਪੀਲ ਕੀਤੀ। ਸੰਗਤਾਂ ਨੇ ਬਹੁਤ ਹੀ ਸਾਨੂੰ ਪ੍ਰੇਮ ਨਾਲ ਰਿਸੀਵ ਕੀਤਾ, ਹਰ ਜਗ੍ਹਾ 'ਤੇ ਸਾਨੂੰ ਬਹੁਤ ਹੀ ਉਤਸ਼ਾਹ ਮਿਲਿਆ। ਅਸੀਂ ਇਸ ਤੋਂ ਬਾਅਦ ਅਸੀਂ ਨਿਊਯੋਰਕ ਤੋਂ ਬਾਅਦ ਅਸੀਂ ਫਿਰ ਆ ਗਏ ਕਨੈਕਟੀਕਟ, ਉੱਥੇ ਭੁਪਿੰਦਰ ਸਿੰਘ ਵੀਰ ਜੀ ਨੂੰ ਮਿਲੇ ਅਤੇ ਡਾਕਟਰ ਖੰਗੂਰਾ ਜੀ ਕੋਲ ਅਸੀਂ ਰਹੇ, ਉੱਥੇ ਸਾਨੂੰ ਬਹੁਤ ਪਿਆਰ ਮਿਲਿਆ ਸਾਰਿਆਂ ਤੋਂ। ਅਤੇ ਫਿਰ ਅਸੀਂ ਅੱਗੇ ਐਲਬਨੀ ਆ ਗਏ, ਜਿੱਥੇ ਬਾਨੀ ਭੈਣ ਜੀ ਕੋਲ ਅਸੀਂ ਰਹੇ, ਉੱਥੇ ਵੀ ਇੱਕ ਸੰਗਤ ਉਹਨਾਂ ਆਪਣੇ ਘਰ ਬੁਲਾਈ ਸੀ, ਅਸੀਂ ਉੱਥੇ ਆਪਣਾ ਸਾਰਿਆਂ ਨੂੰ ਜਾਗਰੂਕ ਕਰਾਇਆ ਸਾਡੀ ਸਮੱਸਿਆ ਦਾ। ਅਤੇ ਫਿਰ ਅਸੀਂ ਅੱਗੇ ਵਿਸਕੌਨਸਨ ਆਏ ਅਤੇ ਵਿਸਕੌਨਸਨ ਤੋਂ ਬਾਅਦ ਕਲੀਵਲੈਂਡ ਐਂਡ ਦੈਨ ਸ਼ਿਕਾਗੋ। ਕਲੀਵਲੈਂਡ ਵਿੱਚ ਸਾਨੂੰ ਡਾਕਟਰ ਸਾਹਿਬ ਨੇ, ਡਾਕਟਰ ਰੈਣਾ ਸਾਹਿਬ ਨੇ ਬੜਾ ਬਹੁਤ ਪ੍ਰੇਮ ਦਿੱਤਾ ਅਤੇ ਨਾਲ ਹੀ ਉੱਥੇ ਡਾਕਟਰ ਸਰਦਾਰ ਗੁਰਚਰਨ ਸਿੰਘ ਜੀ ਵੀ ਆਏ ਸੀ। ਉਹਨਾਂ ਨੇ ਵੀ ਸਾਡੀ ਸਮੱਸਿਆ ਸੁਣੀ ਅਤੇ ਕਮਿਟ ਕੀਤਾ ਕਿ ਅਸੀਂ ਵੀ ਇਸ ਲੋਨ ਨੂੰ ਆਪਣਾ ਲੋਨ ਸਮਝ ਰਹੇ ਹਾਂ ਅਤੇ ਅਸੀਂ ਇਸ ਨੂੰ ਉਤਾਰਨ ਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ। ਜੋ ਸਾਡਾ ਸਭ ਤੋਂ ਗ੍ਰੈਟੀਫਾਇੰਗ ਐਕਸਪੀਰੀਅੰਸ ਸੀ ਉਹ ਸੀ ਸਾਡਾ ਜਦ ਅਸੀਂ ਕਲੀਵਲੈਂਡ ਤੋਂ ਬਾਅਦ ਸ਼ਿਕਾਗੋ ਆਏ ਵਿਸਕੌਨਸਨ ਹੋ ਕੇ, ਅਤੇ ਅਸੀਂ ਇਹ ਰੀਅਲਾਈਜ਼ ਕੀਤਾ ਕਿ ਇੱਥੇ ਸਰਦਾਰ ਗੁਰਚਰਨ ਸਿੰਘ ਜੀ ਚੱਜ, ਜੋ ਕਿ ਬਹੁਤ ਸਾਲਾਂ ਤੋਂ ਹੁਣ ਸੰਸਥਾ ਨਾਲ ਜੁੜੇ ਹੋਏ ਹਨ, ਉਹਨਾਂ ਨੇ ਪਹਿਲਾਂ ਹੀ ਸੈਂਸੀਟਾਈਜ਼ ਕੀਤਾ ਹੋਇਆ ਸੀ ਸਾਰੀ ਸੰਗਤ ਨੂੰ, ਅਤੇ ਇੱਥੇ ਸ਼ਿਕਾਗੋ ਦੀ ਸੰਗਤ ਨੇ ਜਦ ਅਸੀਂ ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਵਿੱਚ ਅਪਰਾਈਜ਼ ਕੀਤਾ ਸਾਡੀ ਪ੍ਰੋਬਲਮਸ ਦਾ, ਸਾਡੇ ਟਾਰਗੇਟ ਦਾ, ਸਾਡੇ ਇਸ਼ੂਜ਼ ਦਾ, ਅਤੇ ਸਾਰੇ ਹੀ ਬਹੁਤ ਭਾਵੁਕ ਹੋ ਗਏ। ਅਤੇ ਸਾਨੂੰ ਲੱਗਦਾ ਹੈ ਕਿ ਉੱਥੇ ਸੰਗਤ ਜਿਹੜੀ ਵੀ ਸੰਗਤ ਉੱਥੇ ਆਈ ਸੀ ਗੁਰਦੁਆਰਾ ਸਾਹਿਬ ਵਿੱਚ, ਹਰ ਇੱਕ ਨੇ ਉੱਥੇ ਕੰਟਰੀਬਿਊਟ ਕੀਤਾ। ਕੋਈ ਸਾਨੂੰ ਉੱਥੇ 150 ਬੰਦਿਆਂ ਨੇ ਉੱਥੇ ਕੰਟਰੀਬਿਊਟ ਕੀਤਾ, ਭਾਵੇਂ ਕਿਸੇ ਨੇ $10 ਦਿੱਤੇ, ਭਾਵੇਂ 100, ਭਾਵੇਂ 1,000, ਭਾਵੇਂ 10,000, ਪਰ ਜਿਸ ਉਹਨਾਂ ਨੇ ਪ੍ਰੇਮ ਨਾਲ ਸਾਨੂੰ ਸੁਣਿਆ, ਸਾਡੀ ਪ੍ਰੋਬਲਮ ਨੂੰ ਅਹਿਸਾਸ ਕੀਤਾ ਔਰ ਇਹ ਧੀਆ ਕਰ ਲਿਆ ਕਿ ਇਹ ਵੀ ਇਹ ਜੋ ਲੋਨ ਹੈ ਇਹ ਸੰਸਥਾ ਦਾ ਲੋਨ ਹੈ ਅਤੇ ਅਸੀਂ ਇਸ ਵਿੱਚ ਕੰਟਰੀਬਿਊਟ ਕਰਨਾ, ਇਸ ਨੂੰ ਜਲਦ ਹੀ ਉਤਾਰ ਦੇਣਾ। ਅਤੇ ਫਿਰ ਸ਼ਿਕਾਗੋ ਤੋਂ ਬਾਅਦ ਅਸੀਂ ਵਾਪਸ ਰਿਚਮੰਡ ਆਏ, ਇੱਥੇ ਡਾਕਟਰ
ਬਲਜੀਤ ਸਿੰਘ ਸਿੱਧੂ ਜੀ ਨੇ ਵੀ ਉੱਥੇ ਹੋਰ ਡਾਕਟਰਸ ਨਾਲ ਸਾਨੂੰ ਮਿਲਾਇਆ, ਉਹਨਾਂ ਨੂੰ ਵੀ ਸਰਪ੍ਰਾਈਜ਼ ਕੀਤਾ, ਇੱਥੋਂ ਵੀ ਸਾਨੂੰ ਬਹੁਤ ਇਨਕਰੇਜਿੰਗ ਰਿਸਪੋਂਸ ਮਿਲਿਆ ਹੈ। ਅਤੇ ਦਾਸ ਇਹ ਸੰਗਤ ਨੂੰ ਕਹਿਣਾ ਚਾਹੇਗਾ, ਦੱਸਣਾ ਚਾਹੇਗਾ ਕਿ ਜੋ ਅਸੀਂ ਹੈਸੀਟੈਂਟ ਸੀ ਪਹਿਲਾਂ ਕਿ ਅਸੀਂ ਕਿਸ ਤਰ੍ਹਾਂ ਜਾ ਕੇ ਸੰਗਤ ਨੂੰ ਆਪਣੀ ਸਮੱਸਿਆਵਾਂ ਦੱਸਾਂਗੇ, ਪਰ ਸੰਗਤ ਨੇ ਸਾਨੂੰ ਖਿੜੇ ਮੱਥੇ ਸਾਨੂੰ ਐਮਬਰੇਸ ਕੀਤਾ ਹੈ। ਉਹਨਾਂ ਨੇ ਇਹ ਬਿਲਕੁਲ ਕਲੀਅਰਲੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਇਹ ਸਾਰੇ ਮਿਲ ਕੇ ਇਹ ਉਤਾਰਾਂਗੇ। ਅਤੇ ਜੋ ਅਸੀਂ ਪ੍ਰਪੋਜ਼ਲ ਕੀਤਾ ਸੀਗਾ ਕਿ ਵੀ 7,000 ਪਰਿਵਾਰ ਜੇ ਮਿਲ ਕੇ 1,000 ਡਾਲਰ ਕੱਢਣ ਅਤੇ ਇਹ ਲੋਨ ਝਟਕੇ ਨਾਲ ਸਾਡਾ ਉਤਰ ਸਕਦਾ ਹੈ। ਸੋ ਇਸ ਪ੍ਰਣਾਲੀ ਵਿੱਚ ਸਾਨੂੰ ਤਕਰੀਬਨ 100 ਪਰਿਵਾਰਾਂ ਨੇ ਆਲਰੇਡੀ ਸਾਨੂੰ ਕਮਿਟ ਕਰ ਦਿੱਤਾ ਹੈ ਕਿ ਉਹ ਇਸ ਵਿੱਚ ਆ ਗਏ ਹਨ। ਸੋ ਅਸੀਂ ਬੇਨਤੀ ਕਰਾਂਗੇ ਸਾਰੀ ਸੰਗਤ ਨੂੰ, ਨਾ ਕਿ ਸਿਰਫ ਇਕੱਲੇ USA ਦੀ, ਪਰ UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਸਾਰੇ ਜਿੱਥੇ ਵੀ ਸਿੱਖ ਵੀ ਰਹਿੰਦੇ ਹਨ, ਕਿ ਜੋ ਅਸੀਂ ਇਹ ਟੀਚਾ ਕੀਤਾ ਹੋਇਆ ਹੈ ਕਿ ਅਸੀਂ ਬੱਚੇ ਸੰਭਾਲ ਰਹੇ ਹਨ, ਸਾਡੇ ਬੱਚੇ ਰੁਲ ਰਹੇ ਹਨ, ਸਾਡੇ ਬੱਚੇ ਨਸ਼ਾ ਹੀ ਹੋ ਰਹੇ ਹਨ ਪਿੰਡਾਂ ਦੇ, ਅਤੇ ਉਹਨਾਂ ਬੱਚਿਆਂ ਨੂੰ ਅਸੀਂ ਕੁਆਲਿਟੀ ਐਜੂਕੇਸ਼ਨ ਦੇਣੀ ਹੈ, ਕਿਉਂਕਿ ਮਾਈਨੋਰਿਟੀਜ਼ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ। ਵੀ ਆਰ ਕਮਿਟਡ ਟੂ ਪ੍ਰੋਵਾਈਡ ਐਕਸਲੈਂਸ ਇਨ ਅਵਰ ਸਕੂਲਸ ਇਨ ਦੀਜ਼ 129 ਸਕੂਲ, ਜਿੱਥੇ ਕਿ 70,000 ਬੱਚਾ ਪੜ੍ਹ ਰਿਹਾ ਹੈ। ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੰਗਤ ਜਿਸ ਉਤਸ਼ਾਹ ਨਾਲ ਸਾਨੂੰ ਇਹ ਅਸੀਂ ਟੂਰ ਜੋ ਸਾਡਾ ਹੋਇਆ ਹੈ ਔਰ ਸਾਨੂੰ ਜਿਸ ਤਰ੍ਹਾਂ ਸੰਗਤ ਨੇ ਰਿਸੀਵ ਕੀਤਾ ਹੈ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜੋ ਸਾਡਾ ਟਾਰਗੇਟ ਹੈ ਡੈਟ ਫਰੀ ਹੋਣ ਦਾ 2020 ਵਿੱਚ, ਇਹ ਸਾਨੂੰ ਸੰਗਤ ਦੇ ਸਹਿਯੋਗ ਨਾਲ ਅਸੀਂ ਇਸ ਨੂੰ ਅਚੀਵ ਕਰ ਪਾਵਾਂਗੇ। ਦਾਸ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਤਹਿ ਦਿਲ ਨੂੰ ਧੰਨਵਾਦ ਕਰਦਾ USA ਦੀਆਂ ਕਿ ਜੋ ਸਾਡਾ ਟੂਰ ਸੀ ਇਹ 5th December 19 to 1st January 2020, ਇਹ ਸਾਡਾ ਬਹੁਤ ਹੀ ਸਕਸੈਸਫੁਲ ਟੂਰ ਰਿਹਾ। ਸੰਗਤ ਨੂੰ ਅਸੀਂ ਮਿਲੇ ਹਾਂ, ਸੰਗਤ ਨੂੰ ਬਹੁਤ ਪ੍ਰੇਮ ਮਿਲਿਆ ਔਰ ਅਸੀਂ ਜੋ ਸਾਡੀ ਸਮੱਸਿਆ ਸੀ, ਜੋ ਸਾਡੇ ਚੈਲੇਂਜਸ ਸੀ, ਉਹ ਅਸੀਂ ਬੜੇ ਇਫੈਕਟਿਵਲੀ ਸੰਗਤ ਨਾਲ ਕਮਿਊਨੀਕੇਟ ਕਰ ਸਕੇ ਹਾਂ। ਉਹਨਾਂ ਨੇ ਸਾਨੂੰ ਜਿਸ ਪ੍ਰੇਮ ਨਾਲ, ਜਿਸ ਕੰਪੈਸ਼ਨ ਨਾਲ ਰਿਸੀਵ ਕੀਤਾ ਔਰ ਇਹ ਪ੍ਰੋਬਲਮ ਆਪਣੀ ਪ੍ਰੋਬਲਮ ਸਮਝੀ ਹੈ, ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਇੱਥੋਂ ਜਾਣ ਤੋਂ ਬਾਅਦ ਜੋ ਬਾਬਾ ਇਕਬਾਲ ਸਿੰਘ ਜੀ ਦਾ ਜੋ ਇਹ ਐਲਾਨ ਹੈ ਕਿ ਵੀ ਅਸੀਂ ਇਹ ਸੰਗਤ ਦਾ ਉਪਰਾਲਾ ਹੈ, ਸੰਗਤ ਦਾ ਪ੍ਰੋਜੈਕਟ ਹੈ, ਸੰਗਤ ਦੀ ਸੰਸਥਾ ਹੈ, ਸੋ ਸਾਰੀ ਸੰਗਤ ਮਿਲ ਕੇ ਇਹ ਕਰਜ਼ੇ ਨੂੰ ਆਪਣਾ ਕਰਜ਼ਾ ਸਮਝੇ ਅਤੇ ਸਾਨੂੰ ਇਸ ਤੋਂ ਚੁਕਤਾ ਕਰਾ ਦੇਵੇ, ਤਾਂ ਕਿ ਅਸੀਂ ਅੱਗੇ ਫਿਰ ਜੋ ਡਿਵੈਲਪਮੈਂਟ ਕਰਨੀ ਹੈ, ਹੋਰ ਜੋ ਸਕੂਲ ਖੋਲ੍ਹਣੇ ਹਨ, ਅਸੀਂ ਉਹਨਾਂ ਨੂੰ ਖੋਲ੍ਹ ਸਕੀਏ ਅਤੇ ਜੇ ਐਗਜ਼ਿਸਟਿੰਗ ਸਕੂਲ 'ਤੇ ਜੋ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਣਾ ਹੈ ਉਹ ਵੀ ਪੂਰਾ ਕਰ ਸਕੀਏ। ਦਾਸ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਸਾਨੂੰ ਪ੍ਰੇਮ ਦਿੱਤਾ ਹੈ, ਤਹਿ ਦਿਲੋਂ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ USA ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਜਿਹੜਾ ਡਾਕਟਰ ਦਵਿੰਦਰ ਵੀਰ ਜੀ ਦਾ ਟ੍ਰਿਪ ਬੜੇ ਥੋੜ੍ਹੇ ਟਾਈਮ ਦੇ ਵਿੱਚ, ਲਾਈਕ ਇੰਡੀਆ ਤੋਂ ਜਿਹੜਾ ਕਿ ਡਿਸਾਈਡ ਹੋਇਆ ਕਿ ਡਾਕਟਰ ਦਵਿੰਦਰ ਵੀਰ ਜੀ ਆ ਰਹੇ ਨੇ, ਅਤੇ ਉਸ ਟਾਈਮ ਦੇ ਉੱਤੇ ਸਾਰੇ USA ਦੇ ਜਿੰਨੇ ਵੀ ਸਾਡੇ ਸੇਵਾਦਾਰ, ਜਿਹੜੇ ਮੇਨ ਕੀ ਪੁਆਇੰਟ ਸੀ ਜਿਹੜੇ ਇੱਕ ਇੱਕ ਸਿਟੀ ਦੇ, ਸਟੇਟ ਦੇ, ਅਤੇ ਉਹਨਾਂ ਨੂੰ ਕਾਲ ਕੀਤਾ, ਅਤੇ ਬੜੇ ਸ਼ੋਰਟ ਟਾਈਮ ਦੇ ਵਿੱਚ ਜਿੰਨਾ ਵੀ ਡਾਕਟਰ ਵੀਰ ਜੀ ਦਾ 1 ਮਹੀਨੇ ਦਾ ਟ੍ਰਿਪ ਜਿਹੜਾ ਕਿ ਬਣਿਆ ਫਰੋਮ ਸੀਐਟਲ ਟੂ ਰਿਚਮੰਡ ਵਰਜੀਨੀਆ, ਅਤੇ ਪੂਰੀਆਂ ਸੰਗਤਾਂ ਦਾ ਬਹੁਤ ਦਿਲੋਂ ਸਹਿਯੋਗ ਰਿਹਾ। ਸੀਐਟਲ ਤੋਂ ਜਰਨੀ ਸ਼ੁਰੂ ਹੋਈ ਸੀਗੀ, ਉੱਥੇ ਜਿਹੜਾ ਸੈਮੀਨਾਰ ਡਾਕਟਰ ਸਰਬਜੀਤ ਸਿੰਘ ਵਿਰਕ ਵੀਰ ਜੀ ਨੇ ਔਰਗਨਾਈਜ਼ ਕੀਤਾ, ਅਤੇ ਇਟ ਵੈਂਟ ਵੈਰੀ ਵੈਲ। ਉੱਥੋਂ ਇੰਨਾ ਅੱਛਾ ਬੂਸਟ ਮਿਲਿਆ, ਫਿਰ ਅਸੀਂ ਕੈਲੀਫੋਰਨੀਆ ਦਾ ਸਾਰਾ ਟ੍ਰਿਪ ਕੀਤਾ, ਜਿਹਦੇ ਵਿੱਚ ਅਸੀਂ ਯੂਬਾ ਸਿਟੀ ਵੀ ਗਏ, ਸੈਕਰਾਮੈਂਟੋ ਗਏ, ਟ੍ਰੇਸੀ ਬੇ ਏਰੀਆ ਸਾਰਾ ਕੀਤਾ, ਅਤੇ ਡਿਫਰੈਂਟ ਡਿਫਰੈਂਟ ਸੰਗਤਾਂ ਨੂੰ ਮਿਲੇ। ਸੋ ਜਿਵੇਂ ਜਿਵੇਂ ਜਰਨੀ ਅੱਗੇ ਵਧਦੀ ਗਈ, ਅਤੇ ਸੰਗਤਾਂ ਦਾ ਹੋਰ ਸਹਿਯੋਗ ਹੋਰ ਸਹਿਯੋਗ। ਮੇਨ ਇੰਪੋਰਟੈਂਟ ਹੈਗਾ ਕਿ ਡਾਕਟਰ ਦਵਿੰਦਰ ਵੀਰ ਜੀ ਜਿਸ ਦਰਦ ਦੇ ਨਾਲ ਇੱਥੇ ਆਏ ਸੀ, ਜਿਸ ਦਰਦ ਦੇ ਨਾਲ ਉਹਨਾਂ ਨੇ ਪੰਥ ਦੀ ਗੱਲ ਕੀਤੀ, ਸਾਰੇ ਪੰਥ ਨੇ ਉਹਨੂੰ ਮਿਲ ਕੇ ਸਰਾਇਆ, ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਕਲਗੀਧਰ ਟਰੱਸਟ ਜਿਹੜੀ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ, ਅਤੇ ਉਹਨਾਂ ਨੂੰ ਸਪੋਰਟ ਕਰਨ ਦੀ ਇਸ ਟਾਈਮ ਬਹੁਤ ਜ਼ਿਆਦਾ ਲੋੜ ਹੈ। ਅਤੇ ਡਾਕਟਰ ਵੀਰ ਜੀ ਜਿਹੜਾ ਮਿਸ਼ਨ ਲੈ ਕੇ ਆਏ ਸੀਗੇ ਕਿ ਉੱਥੇ ਜਿਹੜਾ ਕਿ 52 ਕਰੋੜ ਦਾ ਲੋਨ ਜਿਹੜਾ ਖੜ੍ਹਾ ਹੋਵੇ ਉਹਦੇ ਵਾਸਤੇ ਸਪੈਸ਼ਲ ਇੱਥੇ ਉਹਦੀ ਫੰਡ ਰੇਜ਼ਿੰਗ ਵਾਸਤੇ ਆਏ ਸੀ, ਅਤੇ ਸਾਰੀਆਂ ਸੰਗਤਾਂ ਦਾ ਬੜਾ ਸਹਿਯੋਗ ਰਿਹਾ। ਅਤੇ ਕੈਲਕੂਲੇਸ਼ਨ ਇਹੀ ਲਗਾਈ ਗਈ ਕਿ ਜੇ 7,200 ਫੈਮਲੀਜ਼ ਜਿਹੜੀਆਂ ਨੇ ਰਲ ਕੇ $1,000 ਅਗਰ ਡੋਨੇਟ ਕਰਨ, ਤਾਂ ਇਹ ਲੋਨ ਜਿਹੜਾ ਕਿ ਝੱਟ ਘੜੀ ਵਿੱਚ ਉਤਰ ਸਕਦਾ ਹੈਗਾ ਵੇ।
ਸਿਆਟਲ ਤੋਂ ਕੈਲੀਫੋਰਨੀਆ, ਫਿਰ ਡੈਲਸ ਦੇ ਵਿੱਚ ਸਾਰੇ ਪਹੁੰਚੇ, ਉੱਥੇ ਵੀ ਸੈਮੀਨਾਰ ਕੀਤਾ ਅਤੇ ਡੈਲਸ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਥੈਂਕ ਯੂ ਕਿ ਸਾਰੇ ਉੱਥੇ ਹੁੰਮ ਹੁੰਮ ਆ ਕੇ ਪਹੁੰਚੇ ਅਤੇ ਸਭ ਨੇ ਜਿਹੜਾ ਕਿ ਉਸ ਲੋਨ ਦੇ ਵਿੱਚ ਆਪਣਾ ਹਿੱਸਾ ਪਾਇਆ। ਉਸ ਤੋਂ ਬਾਅਦ ਅਸੀਂ ਹਿਊਸਟਨ ਦੇ ਵਿੱਚ ਰਾਜਗੀਲ ਅੰਕਲ ਅਤੇ ਡਾਕਟਰ ਕਮਲਜੀਤ ਅੰਕਲ ਵਰਾਂ ਨੇ ਮਿਲ ਕੇ ਪ੍ਰੋਗਰਾਮ ਔਰਗਨਾਈਜ਼ ਕੀਤਾ ਸੀਗਾ ਅਤੇ ਕਮਲਜੀਤ ਅੰਕਲ ਅਤੇ ਰਾਜਗੀਲ ਅੰਕਲ ਆਲਵੇਜ਼ ਜਿਹੜਾ ਹਿਊਸਟਨ ਦੇ ਵਿੱਚ ਸਾਡਾ ਥੰਮ ਹੈਗੇ ਨੇ ਅਤੇ ਉੱਥੇ ਡਾਕਟਰ ਹਰਦਮ ਆਜ਼ਾਦ ਜੀ, ਡਾਕਟਰ ਹਰਵਿੰਦਰ ਜੀ, ਅਮਰੀਕ ਸਿੰਘ ਨਿੱਜਰ ਅਤੇ ਸਾਰੀਆਂ ਸਮੂਹ ਸੰਗਤਾਂ, ਕਾਬਲ ਸਿੰਘ ਜੀ ਸਭ ਪਹੁੰਚੇ ਅਤੇ ਉਹਨਾਂ ਨੇ ਵੀ ਹੁੰਮ ਹੁਮਾ ਕੇ ਜਿਹੜਾ ਕਿ ਦਸਵੰਤ ਦੇ ਵਿੱਚ ਇਹਦਾ ਦਸਵੰਤ ਪਾਇਆ ਲੋਨ ਦੇ ਵਿੱਚ। ਅਤੇ ਉਸ ਤੋਂ ਬਾਅਦ ਫਿਲਡਿਲਫੀਆ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਨਿਊਯੋਰਕ, ਨਿਊਜਰਸੀ ਦੀ ਸਾਰੀ ਸੰਗਤਾਂ ਦਾ ਥੈਂਕ ਯੂ ਕਰਦੇ ਹਾਂ, ਗੁਰੂ ਘਰ ਦੀ ਕਮੇਟੀਆਂ ਦਾ ਥੈਂਕ ਯੂ ਕਰਦੇ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਖੁੱਲ੍ਹੇ ਦਿਲ ਨਾਲ ਜਿਹੜਾ ਕਿ ਸਪੋਰਟ ਕੀਤਾ। ਉਸ ਤੋਂ ਬਾਅਦ ਕਲੀਵਲੈਂਡ ਦੀਆਂ ਸੰਗਤਾਂ, ਰਜਿੰਦਰ ਵੀਰ ਜੀ, ਡਾਕਟਰ ਸੁਖਵਿੰਦਰਪਾਲ ਸਿੰਘ ਰਾਣਾ ਜੀ, ਗੁਰਚਰਨ ਵੀਰ ਜੀ ਦੀ ਬਹੁਤ ਵੱਡੀ ਸਾਨੂੰ ਸਪੋਰਟ ਰਹੀ। ਵਿਸਕੌਨਸਨ ਦੇ ਵਿੱਚ ਬੋਪਾ ਰਾਏ ਵੀਰ ਜੀ ਦੀ ਬੜੀ ਵੱਡੀ ਸਪੋਰਟ ਰਹੀ। ਸੋ ਆਲ ਓਵਰ ਅਗਰ ਦੇਖਿਆ ਜਾਏ, ਕਰਦਿਆਂ ਕਰਦਿਆਂ ਫਿਰ ਅਸੀਂ ਸ਼ਿਕਾਗੋ ਪਹੁੰਚੇ। ਸ਼ਿਕਾਗੋ ਗੁਰਚਰਨ ਸਿੰਘ ਚੱਜ ਵੀਰ ਜੀ ਨੇ ਇੰਨਾ ਸੋਹਣਾ ਔਰਗਨਾਈਜ਼ ਕੀਤਾ ਹੋਇਆ ਸੀ, ਦੋ ਪ੍ਰੋਗਰਾਮ ਸ਼ਿਕਾਗੋ 'ਚ ਹੋਏ। ਉੱਥੇ ਮਨਦੀਪ ਵੀਰ ਜੀ ਹੈਗੇ ਨੇ ਅਤੇ ਉਹਨਾਂ ਨੇ ਆਪਣਾ ਯੰਗਸਟਰਸ ਮੁੰਡਿਆਂ ਨਾਲ ਗੈਟ ਟੂਗੈਦਰ ਰੱਖਿਆ ਹੋਇਆ ਸੀ। ਸੋ ਉਹਦੇ ਵਿੱਚ ਪਰੂ ਸਾਹਿਬ ਦੇ ਸਟੂਡੈਂਟਸ ਵੀ ਜਿਹੜੇ ਹੁੰਮ ਹੁੰਮਾ ਕੇ ਪਹੁੰਚੇ। ਅਤੇ ਆਲ ਓਵਰ ਅਗਰ ਕਿਹਾ ਜਾਏ ਤਾਂ ਸਾਡੇ ਸਿੱਖ ਪੰਥ ਦਾ ਬੜਾ ਵੱਡਾ ਦਿਲ ਹੈਗਾ ਵੇ। ਗੁਰੂ ਕਾਸ਼ੀ ਦੇ ਵਿੱਚ ਵੀ ਜਿੰਨੀਆਂ ਪਹਿਲੇ ਅਕਾਲ ਅਕੈਡਮੀਜ਼ ਬਣੀਆਂ, ਬਾਬਾ ਜੀ ਪਿਛਲੇ 25 ਸਾਲ ਤੋਂ USA ਦੇ ਵਿੱਚ ਆ ਰਹੇ ਨੇ ਅਤੇ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਜਿੰਨੇ ਵੀ ਕਲਗੀਧਰ ਟਰੱਸਟ ਦੇ ਕਾਰਜ ਹੋਏ ਨੇ ਅਤੇ ਜਿਹੜੇ ਅੱਗੇ ਵੀ ਕਾਰਜ ਹੋਣੇ ਨੇ, ਹਾਲੇ ਲੋਨ ਅਤੇ ਬਿਲਕੁਲ ਸਟਾਰਟਿੰਗ ਦੀ ਫੰਡ ਰੇਜ਼ਿੰਗ ਹੋਈ ਹੈ, ਸਟਿਲ ਜਿਹੜਾ ਅਸੀਂ 6 ਲਾਈਕ ਆਲਮੋਸਟ 7 million ਤੱਕ ਅਸੀਂ ਹਾਲੇ ਸਾਡਾ ਲੋਨ ਖੜ੍ਹਾ ਹੈਗਾ ਵੇ, ਜਿਹੜਾ ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਜਿਹੜਾ ਕਿ ਪੂਰਾ ਹੋਵੇ ਤਾਂ ਕਿ ਜਿਹੜੇ ਰੁਕੇ ਹੋਏ ਕਲਗੀਧਰ ਟਰੱਸਟ ਦੇ ਕਾਰਜ ਨੇ ਉਹ ਜਿੰਨੇ ਛੇਤੀ ਤੋਂ ਛੇਤੀ ਹੋ ਸਕਣ। ਅਤੇ ਅਗੇਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਥੈਂਕ ਯੂ। ਤੁਸੀਂ ਜਿਹੜੀਆਂ ਵੀ ਡੋਨੇਸ਼ਨਸ ਦੇਣੀਆਂ ਨੇ ਤੁਸੀਂ ਪਲੀਜ਼ ਕਾਲ ਕਰੋ। ਤੁਸੀਂ ਸਾਰੇ ਪਰਿਵਾਰ ਮਿਲ ਕੇ $1,000 ਦਾ ਤੁਸੀਂ ਚੈੱਕ ਵੀ ਦੇ ਥਰੂ ਵੀ ਸੇਵਾ ਕਰ ਸਕਦੇ ਹੋ, ਤੁਸੀਂ ਕ੍ਰੈਡਿਟ ਕਾਰਡ ਦੇ ਥਰੂ ਵੀ ਕਰ ਸਕਦੇ ਹੋ। ਸੋ ਅਸੀਂ ਰਲ ਕੇ ਇਸ ਲੋਨ ਨੂੰ ਅਸੀਂ ਸਾਲ ਦੇ ਜਿਹੜਾ 2020 ਜਿਹੜਾ ਸਾਡਾ ਮਿਸ਼ਨ ਹੈਗਾ ਕਿ ਇਹ ਲੋਨ ਇਸ ਸਾਲ ਦੇ ਵਿੱਚ ਜਿਹੜਾ 7.2 million ਦਾ ਸਾਡਾ ਉਤਰ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।